ਤਾਂ ਸਾਰੇ ਰੀਪਰਾਂ ਨਾਲੋਂ ਪਹਿਲਾਂ ਤਾਂ ਟਰਾਲੀ ਭਰੇਗਾ, ਇਹ ਸਭ ਤੋਂ ਘੱਟ ਤੇਲ ਖਾਏਗਾ ਅਤੇ ਇਹਦੀ ਮਾਰਕੀਟ ਰੀਪਰ ਦੀ ਇੰਨੀ ਜ਼ਿਆਦਾ ਬਣ ਚੁੱਕੀ ਹੈ, ਤੁਸੀਂ ਪੁਰਾਣਾ ਰੀਪਰ ਜਦੋਂ ਵੀ ਵੇਚਦੇ ਹੋ ਹੋਰ ਨਾਲੋਂ ਤੁਹਾਨੂੰ ਵੱਧ ਪ੍ਰੋਫਿਟ 'ਚ ਰੀਪਰ ਵਿਕੇਗਾ ਤੁਹਾਡਾ। ਹਾਂਜੀ ਦੋਸਤੋ, ਵਿਸ਼ਕਰਮਾ ਦੜਬਾ ਯੂਟਿਊਬ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਦੋਸਤੋ, ਅੱਜ ਅਸੀਂ ਪਹੁੰਚੇ ਹੋਏ ਹਾਂ ਸ਼੍ਰੀ ਵਿਸ਼ਕਰਮਾ ਪਾਤਣਾ ਪੰਜਾਬ ਦੇ ਵਿੱਚ, ਜਿੱਥੇ ਦੋਸਤੋ ਤੁਹਾਨੂੰ ਦਿਖਾਵਾਂਗੇ ਜੀ ਸ਼੍ਰੀ ਵਿਸ਼ਕਰਮਾ ਵਾਲਿਆਂ ਦਾ ਸਟਾਰ ਰੀਪਰ, ਜਿਹਨੂੰ ਆਪਾਂ ਹਿੰਦੀ ਦੇ ਵਿੱਚ ਬੂਸਾ ਮਸ਼ੀਨ ਵੀ ਕਹਿ ਦਿੰਦੇ ਹਾਂ। ਅਤੇ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਦੋਸਤੋ, ਕਿਉਂਕਿ ਜਿਹੜੀ ਅੱਜ ਆਪਾਂ ਸਟਾਰ ਰੀਪਰ ਦਿਖਾਉਣ ਜਾ ਰਹੇ ਹਾਂ, ਇਹ ਟਾਟਾ ਦੀ ਬਾਡੀ ਸ਼ਾਰਪ ਦੇ ਬਲੇਟ ਅਤੇ ਐਫ ਕੇ ਦੇ ਬੈਰਿੰਗ ਜਿਹੜੇ ਆਪਾਂ ਨੂੰ ਮਿਲਣ ਵਾਲੇ ਨੇ, ਉਹ ਵੀ ਵੱਡੇ। ਅਤੇ ਵੀਡੀਓ ਬਹੁਤ ਖਾਸ ਹੈ। ਅਤੇ ਦੋਸਤੋ, ਇਸ ਸਟਾਰ ਰੀਪਰ ਬਾਰੇ ਜਾਣਕਾਰੀ ਦੇਣਗੇ ਆਪਣੇ ਨਾਲ ਕੰਪਨੀ ਦੇ MD ਸਰ ਜੋਪਨ, ਜਾਣਕਾਰੀ ਦੇਣਗੇ। ਹਾਂਜੀ ਸਰ, ਅਸੀਗਾ ਸਰ, ਸਤਿ ਸ਼੍ਰੀ ਅਕਾਲ ਜੀ। ਸਰ ਦਿਓਗੇ ਜਾਣਕਾਰੀ ਜੀ? ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਵਿਸ਼ਕਰਮਾ ਦਿੜਬਾ ਯੂਟਿਊਬ ਚੈਨਲ ਦਾ, ਜੋ ਸਾਡੇ ਰੀਪਰ ਨੂੰ ਸਾਰੇ ਦੁਨੀਆ ਦੇ ਵਿੱਚ ਦਿਖਾਉਣ ਵਾਸਤੇ ਸਾਡੇ ਕੋਲ ਆਏ ਨੇਗੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ। ਅਤੇ ਹੁਣ ਤੁਹਾਨੂੰ ਮੈਂ ਜਾਣਕਾਰੀ ਦਿੰਦਾ, ਇਹ ਰੀਪਰ ਯਾਨੀ ਕਿ ਅਸੀਂ ਕਾਫ਼ੀ ਡਿਫਰੈਂਟ ਤਰੀਕੇ ਨਾਲ ਬਣਾਇਆ। ਠੀਕ ਹੈ ਸਰ। ਵੀ ਜਦ ਜਿਵੇਂ ਆਮ ਤਰੀਕੇ ਨਾਲ ਰੀਪਰ ਬਣਦੇ ਆ ਰਹੇ ਨੇ, ਉਹ ਟੈਕਨੋਲੋਜੀ ਅਸੀਂ ਚੇਂਜ ਕਰਤੀ ਸੀ ਇਹਦੀ। ਠੀਕ ਹੈ ਜੀ। ਕਿਉਂਕਿ ਅੱਜ ਕੱਲ੍ਹ ਕੀ ਹੈ, ਸਮਾਂ ਘੱਟ ਹੈ ਕਿਸਾਨ ਕੋਲ ਜੀ, ਸਮਾਂ ਹਾਂਜੀ ਅਤੇ ਉਦੋਂ ਬਾਅਦ ਖੜਤ ਪੈ ਜਾਂਦੀ ਹੈ ਅਤੇ ਪ੍ਰੋਪਰ ਤੂੜੀ ਨਹੀਂ ਬਣ ਪਾਉਂਦੀ, ਅਤੇ ਸਾਨੂੰ ਪਹਿਲਾਂ ਕਾਫ਼ੀ ਸ਼ਿਕਾਇਤਾਂ ਆਉਂਦੀਆਂ ਸੀਗੀਆਂ ਵੀ ਆਹ ਰੀਪਰ 'ਚ ਚੇਂਜ ਕਰੋ, ਇਹ ਕਰੋ। ਹੁਣ ਅਸੀਂ 4 ਸਾਲ ਤੋਂ ਇਹ ਰੀਪਰ ਜਿਹੜਾ ਸਾਡਾ ਆ ਰਿਹਾ, ਇਹਦੀ ਜੀ ਕੋਈ ਬ੍ਰੇਕਡਾਊਨ ਨਹੀਂ ਹੈਗੀ ਜੀ, ਔਰ ਹਰ ਚੀਜ਼ ਅਲੱਗ ਹੈ ਆਮ ਰੀਪਰ ਨਾਲੋਂ ਜੀ। ਤੁਹਾਨੂੰ ਮੈਂ ਸਟਾਰਟਿੰਗ 'ਚੋਂ ਦੱਸਦਾ ਜੀ, ਪਹਿਲਾਂ ਤਾਂ ਜਿਹੜੀ ਇਹਦੀ ਇਹ ਬੋਡੀ ਆ, ਸਾਰੀ ਟੋਟਲ 5 mm ਦੀ ਹੈ, ਪਿੱਛੋਂ 4 mm ਹੁੰਦੀ ਆ ਆਮ ਰੀਪਰ ਦੀ। ਹਾਂਜੀ ਹਾਂ, ਬਿਲਕੁਲ ਸਰ। ਠੀਕ ਹੈ ਜੀ। ਫਿਰ ਉਦੋਂ ਬਾਅਦ ਜੀ ਇਹਦੇ ਗੇਅਰ ਬੋਕਸ ਹੈ ਜਿਹੜਾ, ਇਹ ਸਿੰਪਲ ਗੇਅਰ ਬੋਕਸ ਹੁੰਦਾ ਜੀ, ਇਹ ਅਸੀਂ ਟਿਊਬਲਰ ਗੇਅਰ ਬੋਕਸ ਲਾਉਂਦੇ ਹਾਂ। ਠੀਕ ਹੈ ਸਰ। ਇੱਕ ਤਾਂ ਇਹਦੀ ਪੁਲੀ ਚੇਂਜ ਕਰਨੀ ਆਸਾਨ ਹੈ ਗੇਅਰ ਬੋਕਸ ਕਰਕੇ, ਉੱਪਰ ਦੀ ਤੁਹਾਨੂੰ ਜਿਹੜੀ ਜਿਹੜਾ ਇਹ ਗੇਅਰ ਬੋਕਸ ਹੈ, ਇਹਦੇ ਵਿੱਚ ਤੁਹਾਨੂੰ ਕਦੇ ਦਿੱਕਤ ਨਹੀਂ ਆਏਗੀ, ਕਿਉਂਕਿ ਇਹਦੇ ਵਿੱਚ 5 ਲੀਟਰ ਤੇਲ ਚੱਲਦਾ ਹੈ। 5 ਲੀਟਰ ਤੇਲ ਚੱਲਦਾ ਹੈ, ਆਇਲ 'ਚ ਕੰਮ ਕਰਦਾ ਗੇਅਰ ਸਾਰਾ ਜੀ। ਹਾਂ, ਜਿਹੜਾ ਛੋਟਾ ਹੁੰਦਾ ਇਹਦੇ ਬੈਰਿੰਗ ਵੀ ਵਿੱਚੇ ਨੇ ਤੇਲ ਦੇ, ਸਾਈਡ ਤੇ ਸ਼ਾਫਟਾਂ ਵੀ ਤੇਲ ਦੇ ਵਿੱਚੇ ਨੇਗੀਆਂ। ਆਮ ਗੇਅਰ ਹੁੰਦਾ, ਉਹਦੇ ਇੱਥੇ ਇੱਕ ਗੁੱਛਾ ਲੱਗਿਆ ਹੋਇਆ ਹੁੰਦਾ, ਜਦੋਂ ਕਿਸਾਨ ਪੁਲੀ ਬਦਲਦਾ ਤਾਂ ਉਹਨੂੰ ਮਿਸਤਰੀ ਬੁਲਾਉਣਾ ਪੈਂਦਾ ਨਹੀਂ, ਉਹ ਗੁੱਛਾ ਆਊਟ ਹੋ ਜਾਂਦਾ, ਕ੍ਰੋਸ ਤੋੜੀ ਜਾਂਦਾ ਉਹ। ਠੀਕ ਹੈ ਸਰ। ਅਤੇ ਉਹ ਕੋਈ ਸਮੱਸਿਆ ਨਹੀਂ ਹੈਗੀ ਤੁਹਾਨੂੰ ਜੀ। ਉਦੋਂ ਬਾਅਦ ਇਹਦੇ ਵਿੱਚ ਸਪਰਿੰਗ ਕੂਪਾ ਹੁੰਦਾ ਜੀ। ਠੀਕ ਹੈ ਸਰ। ਇਸਨੇ ਇਹਨੂੰ ਮਾਲ ਨੂੰ ਅੰਦਰ ਲੈ ਕੇ ਜਾਣਾ। ਠੀਕ ਹੈ ਜੀ। ਪਹਿਲਾਂ ਤਾਂ ਰੀਲ ਦੇ 5 ਪਾਈਪ ਨੇ ਸਾਡੇ। ਹਾਂਜੀ। ਫਿਰ ਇਹ ਕੂਪੇ 20 ਲਗਾਏ ਨੇ ਜੀ। 20 ਹੋਰ ਥੋੜਾ ਜਿਹਾ ਸੁਣਾ ਦੇਦੇ ਨਾ। 16 ਹੁੰਦੇ ਨੇ ਜਾਂ 14 ਹੁੰਦੇ ਨੇ, ਉਹ ਪ੍ਰੋਪਰ ਮਾਲ ਨਹੀਂ ਲੈ ਕੇ ਜਾਂਦੇ ਅੰਦਰ। ਤੇ ਉਦੋਂ ਬਾਅਦ ਅੰਦਰ ਗੈਰ ਡਰਮ ਹੁੰਦਾ ਜੀ, ਇਹ 5 ਮੂੰਹ ਵਾਲਾ ਲਗਾਇਆ ਸੀ, 5 ਪਹਿਲੂ ਕਹਿੰਦੇ ਇਹਨੂੰ। ਹਾਂਜੀ। ਉਹਦੇ ਚੋਰਸ ਡੱਬਾ ਹੁੰਦਾ, ਉਹਦੀ ਥੋੜੀ ਜੀ ਪੱਤੀ ਵੀ ਘਾਸ ਜਾਂਦੀ ਹੈ, ਮਾਲ ਦੀ ਖਚਾਈ ਹਟ ਜਾਂਦੀ ਹੈ, ਖਚਾਈ ਕਰਨੋਂ ਹਟ ਜਾਂਦੇ, ਤਾਂ 5 ਪਹਿਲੂ ਹੈ। 5 ਪਹਿਲੂ ਗੈਰ ਡਰਮ, ਉਹਨੂੰ 4 ਚੋਂ 4 ਹੁੰਦਾ ਕਈ ਵਾਰ। ਇਹ ਜ਼ਿਆਦਾ ਮਾਲ ਦੀ ਖਚਾਈ ਵੀ ਜ਼ਿਆਦਾ ਕਰਦਾ, ਕਿਉਂਕਿ ਜਦੋਂ ਅੰਦਰ ਮਾਲ ਜ਼ਿਆਦਾ ਜਾਣਾ ਤਾਂ ਇਹਨੇ ਖਚਾਈ ਵੀ ਜ਼ਿਆਦਾ ਕਰਨੀ ਹੈ। ਠੀਕ ਹੈ ਸਰ। ਫਿਰ ਉਦੋਂ ਬਾਅਦ ਥਰੈਸਰ ਹੈ ਜੀ ਇਹਦਾ। ਥਰੈਸਰ ਦੇ ਅਸੀਂ ਕੀ ਕਰਿਆ, ਬਾਸਕਟ ਦੇ 48 ਬਲੇਡ ਲਗਾਤੇ ਜੀ ਨੀਚੇ। ਠੀਕ ਹੈ ਸਰ। ਠੀਕ ਹੈ ਜੀ। ਇਹ ਡਬਲ ਖਹਿ ਕੇ ਨੰਗੇ ਥਰੈਸਰ ਦੇ ਬਲੇਡ ਨੂੰ। ਠੀਕ ਹੈ। ਵੈਸੇ ਸਿੰਗਲ ਖਹਿ ਕੇ ਨੰਗਦਾ ਹਰ ਇੱਕ ਜਿਹੜਾ ਆਮ ਰੀਪਰ ਹੁੰਦਾ, ਅਤੇ ਇੱਕ ਬਾਸਕਟ ਐਕਸਟਰਾ ਵੀ ਦਿੱਤੀ ਹੁੰਦੀ ਹੋਈ ਹੈ, ਜੇ ਉਹਨੇ ਕਿਸੇ ਨੇ ਉਹ ਮਾਡਲ ਲੈਣਾ ਉਹ ਵੀ ਦੇ ਦਿੰਦੇ ਹਾਂ, ਸਿੰਗਲ ਬਾਸਕਟ ਵਾਲਾ ਵੀ ਦੇ ਦਿੰਦੇ ਹਾਂ ਜੀ। ਟੋਟਲ 66 ਬਲੇਡ ਨੇ ਬਾਸਕਟ ਦੇ ਸਾਡੇ ਜੀ। ਠੀਕ ਹੈ ਜੀ। ਠੀਕ ਹੈ ਸਰ। ਅਤੇ ਜਦੋਂ ਮਾਲ ਜ਼ਿਆਦਾ ਆਊਗਾ ਤਾਂ ਥਰੈਸਰ ਦੀ ਕਟਾਈ ਜ਼ਿਆਦਾ ਹੋਣੀ ਹੈ। ਠੀਕ ਹੈ ਜੀ। ਜਦੋਂ ਮਾਲ ਜ਼ਿਆਦਾ ਆਏਗਾ ਥਰੈਸਰ ਨੇ ਜਿਵੇਂ ਨਾਲ ਕਰ ਦੇਣਾ ਉਹਨੂੰ, ਯਾਨੀ ਕਿ ਇਹ ਚੋਕ ਨਹੀਂ ਹੋਏਗਾ। ਫਿਰ ਉਦੋਂ ਬਾਅਦ ਇਹਦੇ ਡਾਂਡੀਏ ਵੀ ਵੱਡੇ ਦਿੱਤੇ ਹੋਏ ਨੇ ਅਸੀਂ, ਪੱਖੇ ਵੀ ਵੱਡੇ ਦਿੱਤੇ ਹੋਏ ਨੇ। ਜਦੋਂ ਮਾਲ ਥਰੈਸਰ ਤੋਂ ਜ਼ਿਆਦਾ ਜਾਏਗਾ ਤਾਂ ਪੱਖਿਆਂ ਨੂੰ ਵੀ ਖਿੱਚਣ ਲਈ ਪਾਵਰ ਚਾਹੀਦੀ ਹੈ, ਫਿਰ ਉਹਦੀ ਸਪੀਡ ਵੀ ਵਧਾਈ ਹੋਈ ਹੈ। ਸਰ, ਮੈਂ ਇੱਕ ਸਵਾਲ ਪੁੱਛਣਾ ਚਾਹੂੰਗਾ, ਮੈਂ ਇਹਦੇ 'ਤੇ ਦੇਖ ਰਿਹਾ, ਮੈਂ ਕਿਸੇ ਹੋਰ ਦੇਖਦਾ ਸਰ, ਸਾਫਟ ਬਦਲ 'ਤੇ ਦਿੱਕਤ ਆਉਂਦੀ ਆ, ਅਤੇ ਇਹਦੇ 'ਚ ਬੜੇ ਪੁਲੀਆਂ ਲੱਗੀਆਂ ਹੋਈਆਂ ਨੇ, ਪੁਸ਼ ਵਾਲੀ ਪੁਲੀ ਹੈ ਜੀ। ਇਹ ਤੁਸੀਂ 5 ਤੋਂ 7 ਮਿੰਟ ਦੇ ਵਿੱਚ ਵਿੱਚ ਪੁਲੀ ਬਦਲ ਸਕਦੇ ਹੋ, ਮਿਸਤਰੀ ਬੁਲਾਉਣ ਦੀ ਜ਼ਰੂਰਤ ਨਹੀਂ, ਵੈਸੇ ਨਟ ਖੋਲਣੇ ਨੇ ਕਿ ਪੁਲੀ ਤੁਸੀਂ ਬਾਹਰ ਕੱਢ ਸਕਦੇ ਹੋ। ਠੀਕ ਹੈ ਜੀ। ਅਤੇ ਇੱਕੇ ਬਰਾਬਰ ਚੱਕਰ ਵਾਲਾ ਗੇਅਰ ਹੈ ਸਾਡਾ, ਇਹਦੇ ਇੱਕੇ ਪੁਲੀ ਬਦਲਣੀ ਪੈਂਦੀ ਹੈ, ਜਿਵੇਂ ਲੋਕਾਂ ਦੀ ਦੋਨੋਂ ਪੁਲੀਆਂ 3 ਪੁਲੀਆਂ ਬਦਲਣੀਆਂ ਪੈਂਦੀਆਂ ਨੇ, ਟਾਇਰ ਕੱਢਣਾ ਪੈਂਦਾ, ਕੁਛ ਨਹੀਂ ਕਰਨਾ, ਤੁਹਾਨੂੰ 5 ਮਿੰਟ ਦੇ ਵਿੱਚ ਆਪਣੇ ਚੱਕਰ ਮਿਲਾ ਸਕਦੇ ਹੋ। ਠੀਕ ਹੈ ਸਰ। ਫਿਰ ਉਦੋਂ ਬਾਅਦ ਕੀ ਹੁੰਦਾ, ਕਈ ਕਿਸਾਨ MP ਲੈ ਕੇ ਜਾਂਦੇ ਨੇ ਚਲਾਉਣ ਲਈ ਜਾਂ ਕਿਤੇ ਵੀ ਲੈ ਕੇ ਜਾਂਦੇ ਨੇ, ਇਹਦਾ ਕਟਰ ਵਾਲ ਵੀ ਖੁੱਲਦਾ ਕਰਿਆ ਹੋਇਆ, ਆਪਾਂ ਟਰਾਲੀ ਦੇ ਵਿੱਚ ਲੋਡ ਕਰ ਸਕਦੇ ਤੁਸੀਂ ਇਹਨੂੰ। ਠੀਕ ਹੈ ਸਰ। ਠੀਕ ਹੈ ਜੀ। ਅਤੇ ਸਰ, ਇੱਕ ਚੀਜ਼ ਮੈਂ ਹੋਰ ਕਹਿਣਾ, ਮੈਂ ਆ ਹੋਰ ਅੱਜ ਦੇਖਿਆ ਜੀ ਸਿਸਟਮ ਲੱਗਿਆ ਹੋਇਆ, ਇਹ ਅਸੀਂ ਬਰਮ ਦੀ ਐਡਜਸਟਮੈਂਟ ਰੱਖੀ ਹੈ। ਕਈ ਵਾਰ ਕੀ ਹੁੰਦਾ, ਕਿਸਾਨ ਦੂਰ ਹੁੰਦਾ ਕਿਤੇ, ਰੋੜਾ ਪੱਥਰ ਚੜ੍ਹਨ ਨਾਲ ਚੂਹੇ ਵਗੈਰਾ ਟੁੱਟ ਜਾਂਦੇ ਨੇ ਜਾਂ ਦੱਬ ਜਾਂਦਾ ਕਿਤੋਂ, ਤਾਂ ਉਹਨੂੰ ਐਡਜਸਟਮੈਂਟ ਕਰਕੇ ਆਪਣਾ ਕੰਮ ਚਲਾ ਸਕਦਾ, ਵੱਧ ਦੇ ਵਿੱਚ ਸੈੱਟ ਕਰਾ ਲੇ। ਠੀਕ ਹੈ ਜੀ। ਅਤੇ ਜਾਂ ਫਿਰ ਜਿਵੇਂ ਫੂਸ ਘੱਟ ਹੈ ਜਾਂ ਵੱਧ ਹੈ, ਉਹਦੇ ਵਾਸਤੇ ਵੀ ਐਡਜਸਟਮੈਂਟ ਕਰ ਸਕਦਾ ਇਹ। ਠੀਕ ਹੈ ਸਰ। ਅਤੇ ਉਸ ਤੋਂ ਬਾਅਦ ਜੀ ਇਹਦੀ ਰੀਲ ਦੀ ਐਡਜਸਟਮੈਂਟ ਅਸੀਂ ਦੋਨੋਂ ਤਰਫ ਰੱਖੀ ਹੈ, ਥੱਲੇ ਉੱਪਰ ਹੋਣ ਵਾਸਤੇ ਵੀ ਰੱਖੀ ਹੈ। ਠੀਕ ਹੈ ਜੀ। ਅਤੇ ਅਪ ਡਾਊਨ ਇੱਧਰ ਨੂੰ ਵੀ ਰੱਖੀ ਹੋਈ ਹੈ, ਕਿਉਂਕਿ ਕਈ ਏਰੀਏ 'ਚ ਲਾਂਘਾ ਘੱਟ ਹੁੰਦਾ, ਕਈਆਂ 'ਚ ਵੱਧ ਹੁੰਦਾ, ਤੁਸੀਂ ਆਪਣੇ ਹਿਸਾਬ ਨਾਲ ਤੁਸੀਂ ਇਹਨੂੰ ਸੈੱਟ ਕਰ ਸਕਦੇ ਹੋ। ਠੀਕ ਹੈ ਜੀ।
वेट गेन सिस्टम का फायदा की है, यह प्रोपर वे नाल चलता है, यानी कि ये भी दाने ने प्रोपर किसान के दाने निकलते हैं गे, जी पत्ती जी ला दें एक गोली जी होंगी है वो टुट जाती है, फिर उदू बाद खड़ जाता झारना सिस्टम। सही है जी। तो उदू बाद 2000 RPM वाले बैरिंग दिते ने अपने जी स्पैशल, यह क्योंकि यह जिन्ना मर्जी लोड पई जाए रीपर से 1200-1300 चक्करा दे चलदा रीपर, 2000 RPM वाले बैरिंग कदे टुटणगे नहीं के। ठीक है सर। ते सर मैं पूछना चाहूंगा थ्रेसर बारे जानकारी दोगे, किन्ने थ्रेसर दे ब्लेड ने जी? दे थ्रेसर दे 288 ने जी। ठीक है। ते जॉइंट ब्लेड थ्रेसर है, एक नट नाल दो ब्लेड खुलणगे, एक तां किसान बदल छेती सकदा जी इहनूं। ठीक है सर, दिखाओगे माड़ा जिहा खोल के? खोल के दिखा दिंदे आ जी। तो पुलर सिस्टम बैरिंग ने जी साढ़े। ठीक है जी। ठीक है, किसान नूं कोई तोड़न की लोड़ नहीं, कोई जोर लाने की लोड़ नहीं गे, चार नट ने गे इहदे ते कसूगा ते बैरिंग अपने आप बाहर आई जाऊगा, सारे सारी चैनरियां दित्तियां हुई ने। ठीक है जी। ते ए जिहड़ा इत्ता है जी, ए टैंकी दा, ए टैंकी वास्ते इत्ता दाने कढ़न वास्ते जी असी। ठीक है जी। ठीक है जी। असी ए भी छोटी बैल करेंगे, भी फोरजिंग दी लाई है जी। ठीक है जी। ए भी नहीं कोई लगांदा, ते एटल साने बड़े लगाए ने, बेल्टां नूं कदे खराब नहीं करनगे ए एटल। ठीक है सर। ठीक है जी। बाकी साने ब्लेड भी ओरिजिनल पाने, असी स्टेलको पत्ती दे ब्लेड हुंदे ने गे, जिहड़ी पत्ती तों शार्प बणदा है, वैसे शार्प पाए हुए ने इहदे विच, कई वार नहीं मिलदा शार्प मौके ते, तां वी ओरिजिनल पाने असी ब्लेड जिहड़ा स्टेलको दा हुंदा जी। ठीक है जी। ठीक है जी। उस ते ब्लेड शार्प दे लगे ने ना जी, शार्प दे लगे हुए ने जी, इहदे विच लोक नट ने जी सारे, थ्रैसर च भी लोक नट ने, बास्कट च भी लोक नट ने, साढ़े पखे च भी लोक नट ने, साढ़े रील च भी लोक नट ने, साढ़े चूहे च भी हो गए जी लोक नट, फिंगर हर चीज़ च लोक नट दिते हुए ने। ठीक है जी। ठीक है जी। दूजा नट फ्री हो जाता, स्लिप हो जाता, इस करके सारे ब्लेड च बदलने होने तक किसान भी कितना टाइम च बदल सकता जी? ये जो आम रीपर होंगे जी वो पूरी दिहाड़ी लग जाती है। हाँ जी। ये असी हूँ भी जो किसान बदलता तो 3 घंटे समथिंग, 1.5 घंटे खुल जाते हैं, 1.5 घंटे कसे जाते हैं, हाथ भी नहीं कटता किसान का। ठीक है जी। तो उस तो बाद जिहड़ी हुण इहदा वेट है सर, वेट इहदा हुण 20 क्वांटल दिता होया सी जी, क्योंकि इहनूं हैवी तां कीता होया जिवें 18 क्वांटल 17.5-18 क्वांटल देने लोग हल्का करी जांदे ने दिन पर दिन, पर उहदे नाल की हुंदा रीपर छेती गलन लग जांदा, 2-3 साल बाद सानूं चेंज करना पैंदा, इहनूं करन दी लोड़ नहीं। इहदे पखे भी 4 mm दे दित्ते होए ने, लोकां दी बॉडी 4 mm दी आ, साडे पखे 4 mm दे नेगे। ठीक है जी। 5 साल किसान नूं इह घसणगे नहीं गे पखे। ठीक है जी। जिहड़े आम रीपर च 10 गेज दे पखे हुंदे ने वीर जी, उह 1 साल दे विच घस जांदे ने, फिर उदू बाद घट्टो घट 15-20 हज़ार किसान दा फिर खर्चा हुंदा। ठीक है सर। ते सर मैं दिखाउणा, इक वार तुसीं दिखा वी दिओ। हां जी, उह दिखा दिंदे आ तुहानूं, इधरों खोलो। ट्रैक्टर छोटा है किसी भी किसान का, यह गेयर है जिहड़ा थ्रैसर घुमाऊगा, थ्रैसर परले पासे कटर चलाऊगा, जो ये चक्कर बन गए लोड नहीं रहेगा किसान का, 35 पावर 40 पावर से आम साडे रीपर चलन लग रहे हैं। ठीक है जी। ठीक है जी। उस तो बाद जिहड़ा रीपर की हूँ साड़ी एक छोट भी चल रही है जी ये। ठीक है जी। तो सर जी, किसान भी ने रीपर लेना हो अपना श्री विश्वकर्मा का, किस तरह ले सकते थोड़े को जी? वैसे तो साढ़े हर एरिए डीलर बन चुके ने जी। ठीक है जी। कितों भी अपने साढ़े डीलर तो जाऊ तो उन्होंने अवेलेबल हो जूगा रीपर, बाय द वे साडा कितने डीलर नहीं है जी तो साडा कॉन्टैक्ट नंबर हैगा जी 9145-48-06, वो साडे मैनेजर साहब का कॉन्टैक्ट नंबर है, उन्होंने फोन करेंगे, वो अपने आप अरेंज करवाऊगा उन्होंने रीपर, उन्होंने होम डिलीवरी देवे असं वो घर तक की। ठीक है। उन्होंने घर तक की सर्विस भी मिलेगी, सर्विस साड़ी कोई वो नहीं है, सर्विस साड़ी सब तो फास्ट सर्विस है। ठीक है सर। तो ज़्यादातर असी जो रीपर ये दे रहे हैं, पहली गल तो ये कोई प्रॉब्लम आती नहीं गी। ठीक है जी। ठीक है। पर सर्विस उन्होंने फास्ट मिलेगी, कोई भी चीज़ उन्हें चेंज करनी है और हर जगह तो यह समान अवेलेबल करवावे। ठीक है जी। तो सर एक सवाल होर पूछना चाहूँगा भी जरा श्री विश्वकर्मा थोड़ा स्टार रीपर है, ये सबसिडी पास है भारत सरकार तो? सबसिडी पास है जी, ये लिखा भी होया सी ताही, ते सबसिडी पास है साडा, किते भी सबसिडी ले सकदा है, पहला ऑलरेडी मिल भी रही है ते सबसिडी जी। ठीक है जी। हाँ जी। ते सर किसान वीरां नूं की मैसेज देना चाहोगे जी, जिन्हें किसान वीरां कोई स्टार रीपर लैणा सोच रहे उन्हां बारे वीर? किसान वीरां नूं मैं एक बार जरूर कहना भी साडे कोल एक बार कॉन्टैक्ट करो, असीं तुहानूं दसीए भी की खासियत है, पिछली टैक्नोलॉजी दे विच जिहड़े रीपर आ रहे सी तुसीं उहनूं ही चलाई जा रहे हो, हर कोई कहिंदा मैं तां उह लैणा, तुसीं इक रीपर पिंड च लै के जाओगे तो सारे रीपरों नालों पहला तो ट्राली भरेगा, यह सब तो घट तेल खाएगा, तो यदि मार्केट रीपर की इन्नी ज़्यादा बन चुकी है, तुम पुराना रीपर जो भी बेचते हो होर नालों थोड़ा वध प्रॉफिट च रीपर बिकेगा थोड़ा। ठीक है सर। लो जी दोस्तों, ये सर कंपनी के MD सर जिन्होंने अपन श्री विश्वकर्मा स्टार रीपर बारे जानकारी दिती। तो दोस्तों जे तुसी भी श्री विश्वकर्मा का स्टार रीपर लेना चाहते हो तो इन्हां दे कॉन्टैक्ट नंबर ने जिहड़े तुहानूं ओह वीडियो दे नीचे मिल जाएंगे, तुसी इन्हां नाल संपर्क करके स्टार रीपर लै सकते हो। तो किसान वीरों वीडियो किवें लगी जरूर दस्सिओ, तो नवीं आ रही मशीनां दी जानकारी लई विश्वकर्मा दलब्बा यूट्यूब चैनल नूं
जरूर सबसक्राइब करना जी। धन्यवाद जी।